हेलो जी, सत श्री अकाल, सलाम, नमस्ते, वेलकम बैक माई चैनल पंजाबी ब्लॉगर रितिका शर्मा रियल लाइफ। अज मैं थोड़े नाल शेयर करन जा रही हाँ आलू मटर की रैसपी। जिस तरह मैं आलू मटर की सब्जी बनानी हाँ उही रैसपी थोड़े नाल शेयर करूँगी। कुकर च मैं सरों का तेल पाया है, तेल चंगी तरह गर्म हो गया, जीरा पा देना है, थोड़ी जी हिंग पानी है, तो लहसुन, हरी मिर्च, अदरक और प्याज, इन सारे का मैं पेस्ट बनाया सी वह पा देना। चंगी तरह मिक्स कर लेना है, प्याज हल्के ब्राउन होने तक, जब तक प्याज तेल ना छड़ जाण उदों तक फ्राई करने हैं। यह हमेशा कहनी हाँ, मैं हर बार यही कहनी हाँ, मसाले ने भुनिया होना चाहिए तो सब्जी का कलर भी वधिया आता और टेस्ट भी वधिया आता है। प्याज चंगी तरह फ्राई हो चुके आ, हुण मैं इहदे विच पाऊंगी लाल मिर्च, नमक स्वाद अनुसार, गर्म मसाला, थोड़ी जी हल्दी, देगी मिर्च पाई मैं कलर वास्ते। चंगी तरह मिक्स कर लेना है। हुण इहदे विच पा देने टमाटर ग्रैंड किते हुए। टमाटर भी उदों तक फ्राई करने आ जदों तक टमाटर चंगी तरह तेल ना छड़ जाण। जिन्ना मसाला वधिया फ्राई होया होगा उन्ना सब्जी का कलर और स्वाद वधिया आंदा है। मसाला मेरा बन के तैयार आ। हुण इहदे विच मैं पाऊंगी आलू, तुहानू नेड़े तो दिखा रही हाँ मसाला, देखो ऐ चंगी तरह मेरा तैयार आ, चंगी तरह फ्राई हो चुका है। आलू पाने तो बाद आलू चंगी तरह मसाले दे विच मिक्स कर लेने हैं। थोड़ा जिहा पानी पाना है, तो कसूरी मेथी पा देनी है, तो मीडियम फ्लेम पर 2 तो 3 मिनट पकाना है। कुकर का ढक्कन नहीं लगाना, दूजा किसी होर ढक्कन नाल ढक के 2 तो 3 मिंट आलू पकाने हैं, तो बाद च असी मटर पाने हैं। दो तो 3 मिनट हो चुके आ। हुण मैं इहदे विच पाणे आ मटर। मटर मैं चंगी तरह धो लिया, मटर पा के चंगी तरह मिक्स करके जिनी तुहानू तरी चाहीदी आ उन्ना पानी पा देना है। पानी पाउण तों बाद भी चंगी तरह मिक्स करना है। मिक्स करन तों बाद ढक्कन लगा के 1 विसल बजाणी आ। 1 विसल बजाण तों बाद भाफ दे विच रख देना है। तरी तुसी अपने हिसाब नाल पा सकदे हो, जिद्दां तुसी गाढ़ी पतली जिद्दां दी तुसी खाने हो। एक विसल बजाण तों बाद कुकर मैं दूसरे गैस ते रखता, उधर गैस बंद है, तो हुण भाफ दे विच बनी जाने जद तक भाफ निकलूगी जद तक मेरे फुलके तैयार हो जाने आ।
ਫੁਲਕੇ ਮੇਰੇ ਸਾਰੇ ਬਣ ਕੇ ਤਿਆਰ ਆ ਅਤੇ ਸਬਜ਼ੀ ਦੀ ਵੀ ਭਾਫ਼ ਨਿਕਲ ਗਈ ਆ। ਬਸ ਹੁਣ ਢੱਕਣ ਖੋਲ੍ਹ ਕੇ ਇਹਦੇ ਵਿੱਚ ਹਰਾ ਧਨੀਆ ਪਾ ਦੇਣਾ ਹੈ ਅਤੇ ਇੱਕ ਦੋ ਆਲੂ ਵਿੱਚ ਫੇਂਟ ਵੀ ਲੈਣੇ ਆ ਤਾਂ ਕਿ ਤਰੀ ਗਾੜੀ ਹੋ ਜਾਵੇ। ਮੈਂ ਇੱਕ ਵਿਸਲ ਵਜਾਈ ਸੀ, ਮੇਰੇ ਮਟਰ ਕੱਚੇ ਸੀਗੇ। ਜੇ ਮਟਰ ਪੱਕੇ ਹੋਣ ਤਾਂ ਤੁਸੀਂ ਦੋ ਵਿਸਲਾਂ ਵੀ ਬਚਾ ਕੇ ਫਿਰ ਭਾਫ਼ 'ਚ ਰੱਖ ਸਕਦੇ ਹੋ। ਮੈਂ ਇੱਕ ਵਿਸਲ ਬਚਾ ਕੇ ਫਿਰ ਭਾਫ਼ 'ਚ ਰੱਖਤੇ ਸੀ, ਆਪਣੇ ਆਪ ਬਣ ਜਾਂਦੇ ਆ। ਸਬਜ਼ੀ ਮੇਰੀ ਹੁਣ ਬਿਲਕੁਲ ਤਿਆਰ ਹੈ। ਸਬਜ਼ੀ ਦਾ ਕਲਰ ਦੇਖੋ ਕਿੰਨਾ ਵਧੀਆ ਆ, ਆਲੂ ਮਟਰ ਦੀ ਸਬਜ਼ੀ। ਬਸ ਉਹੀ ਸਿੰਪਲ ਰੈਸਪੀ ਜਿੱਦਾਂ ਮੈਂ ਬਣਾਉਂਦੀ ਹਾਂ ਉਹੀ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਦੀ ਹਾਂ। ਅੱਜ ਦੀ ਲੰਚ ਥਾਲੀ ਤਿਆਰ ਹੈ, ਆਲੂ ਮਟਰ ਦੀ ਸਬਜ਼ੀ ਨਾਲ ਚਟਨੀ, ਫੁਲਕੇ, ਸਲਾਦ ਸੀਗਾ, ਖੀਰਾ, ਪਿਆਜ਼ ਔਰ ਸਿਰਕੇ ਵਾਲੀ ਮਿਰਚ ਨਾਲ ਲੱਸੀ। ਤੁਸੀਂ ਵੀ ਖਾ ਲਓ, ਖਾ ਕੇ ਦੱਸੋ ਕਿੱਦਾਂ ਦੀ ਬਣੀ। ਹੁਣ ਮੈਂ ਉੱਪਰ ਛੱਤ 'ਤੇ ਆਈ ਹਾਂ, ਗਮਲੇ 'ਚ ਮੇਰੇ ਬੇਲਾਂ ਲਾਈਆਂ ਹੋਈਆਂ ਨੇ ਅਤੇ ਛੋਟੇ ਛੋਟੇ ਉਹਦੇ ਕਿਆ ਕਹਿੰਦੇ ਆ ਗੇਂਦੇ ਦੇ ਬੂਟੇ ਹੋ ਰਹੇ ਆ। ਤੁਲਸੀ ਮੇਰੀ ਦੁਬਾਰਾ ਹਰੀ ਹੋ ਗਈ ਆ, ਮੈਂ ਪਹਿਲਾਂ ਵੀ ਦਿਖਾਏ ਸੀ, ਪਹਿਲਾਂ ਮੇਰੇ ਸਾਰੇ ਗਮਲੇ ਸੁੱਕ ਗਏ ਸੀਗੇ, ਹੁਣ ਦੁਬਾਰਾ ਤੋਂ ਹਰੇ ਹੋ ਰਹੇ ਆ। ਅਤੇ ਕੰਬਲ ਮੈਂ ਇੱਕ ਪਹਿਲਾਂ ਧੋ ਚੁੱਕੀ ਹਾਂ, ਇਹ ਦੂਸਰਾ ਕੰਬਲ ਆ। ਤਿੰਨ ਕੰਬਲ ਸੀਗੇ, ਇੱਕ ਪਹਿਲਾਂ ਧੋਤਾ ਸੀ, ਫਿਰ ਦੋ ਕੁ ਦਿਨ ਮੌਸਮ ਖਰਾਬ ਰਿਹਾ ਸੀ ਤਾਂ ਨਹੀਂ ਧੋਤੇ, ਅੱਜ ਦੋ ਧੋਤੇ ਆ। ਇੱਕ ਧੋ ਚੁੱਕੀ ਹਾਂ, ਇੱਕੇ ਰਹਿ ਗਿਆ ਸੀ, ਉਹੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਅਤੇ ਇਹ ਹੈਗੇ ਵੱਡੇ ਕੰਬਲ, ਇਹ ਮਸ਼ੀਨ ਦੇ ਵਿੱਚ ਸੈੱਟ ਨਹੀਂ ਆਉਂਦੇ, ਮੇਰੀ ਮਸ਼ੀਨ ਛੋਟੀ ਆ ਅਤੇ ਫਿਰ ਮੈਂ ਇੱਦਾਂ ਹੀ ਧੋਨੀ ਹੁੰਦੀ ਹਾਂ। ਇਹ ਲਾਸਟ ਵਾਲਾ ਸੀਗਾ, ਬਸ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਲਾਂ ਕਿ ਮੈਂ ਕੰਬਲ ਕਿੱਦਾਂ ਧੋਨੀ ਹਾਂ ਦੇਸੀ ਸਟਾਈਲ ਦੇ ਨਾਲ। ਜੇ ਕਈ ਵਾਰ ਕਿਸੇ 'ਤੇ ਗੁੱਸਾ ਆਇਆ ਹੋਵੇ, ਘਰ ਦਾ ਕੋਈ ਕੰਬਲ ਲੈ ਲਓ ਅਤੇ ਉਹਦੇ 'ਤੇ ਗੁੱਸਾ ਸਾਰਾ ਉਤਾਰ ਦਿਉ, ਕੰਬਲ ਵਧੀਆ ਨਿਖਰ ਜਾਂਦਾ। ਮੈਂ ਵੈਸੇ ਮਜ਼ਾਕ ਕਰ ਰਹੀ ਹਾਂ, ਇੱਦਾਂ ਕੁਛ ਨਹੀਂ ਕਰਨਾ। ਅਤੇ ਪੈਰਾਂ ਨਾਲ ਹੀ ਧੋਏ ਜਾਂਦੇ ਆ, ਹੱਥਾਂ ਨਾਲ ਤਾਂ ਬਹੁਤ ਮੁਸ਼ਕਲ ਆ ਧੋਣਾ ਕਿਉਂਕਿ ਇਹ ਬਹੁਤ ਹੈਵੀ ਹੁੰਦੇ ਆ, ਇਸ ਕਰਕੇ। ਹੁਣ ਬਸ ਮੈਂ 2-3 ਘੰਟੇ ਪਹਿਲਾਂ ਭੇ ਕੇ ਰੱਖ ਦਿੰਦੀ ਹੁੰਦੀ ਹਾਂ। ਇੰਨਾ ਲੇਟ ਧੋਣ ਦਾ ਮੇਰਾ ਇਹੀ ਮਤਲਬ ਹੁੰਦਾ ਕਿ ਹੁਣ ਧੁੱਪਾਂ ਵਧੀਆ ਹੁੰਦੀਆਂ ਨੇ, ਪਾਣੀ ਗਰਮ ਹੋ ਜਾਂਦਾ ਟੈਂਕੀ ਦਾ, ਅਤੇ 2 ਘੰਟੇ ਭੇ ਕੇ ਰੱਖ ਦਿਉ, ਸਾਰੀ ਜੋ ਵੀ ਹੁੰਦਾ ਆ ਮੇਲ ਉੱਗਲ ਜਾਂਦੀ ਹੈ ਇਹਦੀ, ਕੰਬਲ ਦੀ। ਖੈਰ ਇੰਨਾ ਗੰਦੇ ਤਾਂ ਨਹੀਂ ਹੁੰਦੇ, ਵਿੱਚ ਨੂੰ ਧੋਈ ਜਾਂਦੇ ਆ, ਅਤੇ ਗਰਮ ਪਾਣੀ ਦੇ ਵਿੱਚ ਕੱਪੜਾ ਵਧੀਆ ਨਿੱਖਰਦਾ। ਇਸ ਕਰਕੇ ਛੱਤ 'ਤੇ ਹੀ ਧੋ ਕੇ ਇੱਥੇ ਸੁੱਕਣਾ ਪਾ ਦੇਣਾ। ਮੈਂ ਤਾਂ ਇੱਦਾਂ ਹੀ ਧੋਨੀ ਹੁੰਦੀ ਹਾਂ, ਤੁਸੀਂ ਕਿੱਦਾਂ ਧੋਂਦੇ ਹੋ ਤੁਸੀਂ ਵੀ ਸ਼ੇਅਰ ਕਰਿਓ ਮੇਰੇ ਨਾਲ, ਮੇਰਾ ਤਾਂ ਦੇਸੀ ਸਟਾਈਲ ਹੈ ਜੀ। ਇੱਦਾਂ ਹੀ ਕਈ ਪਾਣੀਆਂ ਦੇ ਵਿੱਚ ਕੱਢ ਹੀ ਜਾਣਾ ਬਸ। ਬਸ ਹੁਣ ਲਾਸਟ ਵਾਰ ਦਾ ਪਾਣੀ ਬਿਲਕੁਲ ਸਾਫ਼ ਹੋ ਗਿਆ, ਸਾਰਾ ਸਰਫ ਨਿਕਲ ਗਿਆ, ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਰਹੀ ਹਾਂ। ਕੰਬਲ ਵੀ ਐਨ ਚੰਗੀ ਤਰ੍ਹਾਂ ਨਿੱਖਰ ਗਿਆ, ਗਰਮ ਪਾਣੀ 'ਚ ਕੰਬਲ ਬਹੁਤ ਵਧੀਆ ਨਿੱਖਰ ਜਾਂਦੇ ਆ, ਜ਼ਿਆਦਾ ਮਿਹਨਤ ਦੀ ਲੋੜ ਨਹੀਂ ਪੈਂਦੀ, ਦੇਖੋ ਪਾਣੀ ਬਿਲਕੁਲ ਸਾਫ਼ ਹੈ। ਬਸ ਹੁਣ ਇਹ ਲਾਸਟ ਪਾਣੀ ਦੇ ਵਿੱਚ ਦੀ ਕੱਢ ਕੇ ਮੈਂ ਇੱਥੇ ਸੁੱਕਣਾ ਪਾ ਦੇਣਾ।
पहला मैं दीवार ते सुकना पा दूंगी क्योंकि ज्यादा हैवी हुंदा, बाद च फिर तार ते पाने हुंदे जदों पानी इहदा नुचड़ जावे। बस यही लास्ट सीगा, अज ये भी धोता गया। घर दे काम बहुत हुंदे आ, कईआं नूं लगदा कि रितिका वाइटी ते रहिंदी आ, कोई कम नहीं करती। मैं बहुत कम करदी आं जी, मेरा यह दिखाण दा यही मतलब सीगा कि सारे घर दे कम करदी आ, मैं वेली नहीं हुंदी ते मैं अपना नाल नाल वाइटी दा भी कम करदी आं। मेरे सारे घर दे कम मेरी जिम्मेवारी हुंदी है, मेरे कोई नौकर नहीं रख्या होया कि मेरे घर दे कम करके जांदा। सारे घर दे डबल पोषणा, मेरा ए टू जेड कम सारे मेरी जिम्मेवारी हुंदी है। हुण मैं पा देना दीवार ते, जदों ऐन पानी नुचड़ जाऊगा फिर मैं इहनूं तार ते पाऊंगी। जे तुहानूं मेरी वीडियो वधिया लगी लाइक शेयर सबसक्राइब जरूर कर लियो। खुश रहो, अपना ते अपनी फैमिली दा ख्याल रखो। पहला मेरी वीडियो देख लिया करो, अगर तुहानूं लगदा कि मेरी वीडियो दे विच कुछ हैगा कि मेरा चैनल अगे जावे अगे वधे तां सबसक्राइब लाइक कर दिया करो। अगर तुहानूं लगदा कि कुछ नहीं हैगा तां बेशक ना करो, सपोर्ट करनी है तां मैनूं दिलों करियो, क्योंकि मैनूं तां तुहाडी सारयां दी सपोर्ट दी बहुत ज़्यादा जरूरत आ। तां ही मैं जो मेरा सपना है मैं वह पूरा कर पाऊंगी, कल्ली मैं कुछ नहीं कर सकती। अगर तुसी सारे सपोर्ट दोगे तो सब कुछ, नहीं कुछ नहीं कर सकती मैं।